ਸੁਰਜੀਤ ਬਿੰਦਰਖੀਆ ਇੱਕ ਅਜਿਹਾ ਕਲਾਕਾਰ ਹੋਇਆ ਜਦੋਂ ਉਹ ਗਾਉਂਦਾ ਤੇ ਸਾਡੇ ਜਿਹੜੇ ਪੱਬ ਆ ਉਹ ਬਦੋ ਬਦੀ ਨੱਚਣ ਲਈ ਮਜਬੂਰ ਹੋ ਜਾਂਦੇ ਆ ਤੇ ਇਹੀ ਸੁਰਜੀਤ ਬਿੰਦਰਖੀਆ ਅੱਜ ਸਾਡੇ ਸਟੂਡੀਓ ਟੀਵੀ ਇੰਡੀਆ ਤੇ ਪੰਜਾਬ ਮੇਲ ਆਏ ਆ ਤੇ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਜਿਹੜੀ ਚਾਹਤ ਹੈ ਉਹ ਆਪਣੇ ਦਰਸ਼ਕਾਂ ਸਾਹਮਣੇ ਰੂਬਰੂ ਕਰਾਂਗੇ। ਸਭ ਤੋਂ ਪਹਿਲਾਂ ਸੁਰਜੀਤ ਬਿੰਦਰਖੀਆ ਜੀ, ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਤੇ ਸਾਡੇ ਟੀਵੀ ਸਟੇਸ਼ਨ ਆਏ ਹੋ, ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਮੇਰੇ ਵੱਲੋਂ ਵੀ ਟੀਵੀ ਇੰਡੀਆ ਪੰਜਾਬ ਮੇਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਤਾਂ ਦੋਸਤੋ, ਇਸ ਸੁਰਜੀਤ ਬਿੰਦਰਖੀਆ ਦੇ ਜੀਵਨ ਬਾਰੇ ਅੱਜ ਅਸੀਂ ਕੁਝ ਗੱਲਾਂ ਕਰਾਂਗੇ ਇਹਨਾਂ ਦੇ ਆਪਣੀ ਜਵਾਨੀ। ਸੁਰਜੀਤ ਬਿੰਦਰਖੀਆ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਪਿਛੋਕੜ ਕਿੱਥੋਂ ਆ ਤੇ ਕਿੱਥੇ ਤੁਹਾਡਾ ਬਚਪਨ ਜਿਹੜਾ ਉਹ ਬੀਤਿਆ? ਰੰਧਾਵਾ ਸਾਹਿਬ, ਪਿਛੋਕੜ ਐਕਚੁਅਲੀ ਮੇਰਾ ਪਿੰਡ ਬਿੰਦਰਖ ਹੈ, ਉਸੇ ਕਰਕੇ ਤੁਹਾਡੇ ਨਾਂ ਦੇ ਲਾਸਟ ਨੇਮ ਤੁਸੀਂ ਬਿੰਦਰਖੀਆ ਰੱਖਿਆ। ਹਾਂ, ਮੇਰੇ ਫਾਦਰ ਸਾਹਿਬ ਰੈਸਲਰ ਸੀ। ਅੱਛਾ ਜੀ। ਉਹ ਆਪਣੇ ਸਮੇਂ ਦੇ ਬਹੁਤ ਮਕਬੂਲ ਰੈਸਲਰ ਸੀ। ਅੱਛਾ ਜੀ। ਉਹਨਾਂ ਕਰਕੇ ਪਿੰਡ ਮਸ਼ਹੂਰ ਸੀ। ਇਹ ਰੋਪੜ ਡਿਸਟ੍ਰਿਕਟ ਪੈਂਦਾ ਹੈ। ਉਹਨਾਂ ਦਾ ਤਖੱਲਸ ਫਿਰ ਮੈਂ ਆਪਣੇ ਆਪ ਯੂਜ਼ ਕੀਤਾ ਤੇ ਉਹਨਾਂ ਕਰਕੇ ਜਿਆਦਾ ਮਸ਼ਹੂਰ ਸੀਗਾ। ਫਿਰ ਬਿੰਦਰਖੀਆ ਨਾਂ ਕਰਕੇ ਮੈਂ ਇੱਥੇ ਤੱਕ ਸਰੋਤਿਆਂ ਦਾ ਪਿਆਰ ਮਿਲਿਆ ਤੇ ਇੱਥੇ ਬੁਲੰਦੀਆਂ ਤੱਕ ਪਹੁੰਚਿਆ। ਯਾਨੀ ਕਹਿਣ ਦਾ ਮਤਲਬ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦਾ ਤਖੱਲਸ ਬਿੰਦਰਖੀਆ ਸੀ ਤੇ ਉਹਨਾਂ ਦੀ ਰੀਤ ਨੂੰ ਅੱਗੇ ਤੋਰਦੇ ਹੋਏ ਉਹਨਾਂ ਨੂੰ ਵਧਾਇਆ ਤੇ ਅੱਜ ਵਿਸ਼ਵ ਪੱਧਰ ਤੇ ਜਿਹੜਾ ਪਿੰਡ ਬਿੰਦਰਖੀਏ ਦਾ ਨਾਂ ਆ ਉਹ ਰੋਸ਼ਨ ਹੋ ਚੁੱਕਾ ਤੇ ਬੱਚੇ ਬੱਚੇ ਨੂੰ, ਕਿਸੇ ਵੀ ਪੰਜਾਬੀ ਨੂੰ ਪੁੱਛ ਲਿਓ ਵੀ ਬਿੰਦਰਖੀਆ ਕਿੱਥੇ, ਉਹ ਦੱਸ ਸਕਦੇ ਆ ਤੇ ਇਹ ਸਾਡੇ ਲਈ, ਸਾਡੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਜੀ। ਅਸੀਂ ਮਤਲਬ ਦੁਆ ਕਰਦੇ ਹਾਂ ਕਿ ਇਹ ਇਸੇ ਤਰੀਕੇ ਨਾਲ ਤੁਹਾਡੀ ਜਿਹੜੀ ਜਿਹੜਾ ਸਟੇਟਸ ਆ ਉਹ ਬਣਿਆ ਰਹੇ। ਬਿੰਦਰਖੀਆ ਜੀ, ਤੁਸੀਂ ਸਾਨੂੰ ਵੈਸੇ ਪਤਾ ਕਿ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਉਹ ਅਖਾੜੇ ਯਾਨੀ ਕਿ ਭਲਵਾਨੀ ਦਾ ਸ਼ੌਂਕ ਰੱਖਦੇ ਸੀ ਤੇ ਇੱਕ ਨਾਮਵਰ ਭਲਵਾਨ ਸੀ ਜੀ। ਉਸ ਤੋਂ ਬਾਅਦ ਤੁਸੀਂ ਵੀ ਭਲਵਾਨੀ ਚ ਪੈਰ ਧਰਿਆ? ਬਿਲਕੁਲ। ਤੇ ਗੱਲ ਤਾਂ ਵੈਸੇ ਰਲਦੀ ਮਿਲਦੀ ਆ, ਤੁਸੀਂ ਪਹਿਲਾਂ ਭਲਵਾਨੀ ਦੇ ਅਖਾੜੇ ਚ ਰਹੇ ਹੋ ਤੇ ਮੁੜ ਕੇ ਤੁਸੀਂ ਗਾਇਕੀ ਦੇ ਅਖਾੜੇ ਵਿੱਚ ਆ ਗਏ ਤੇ ਇਹ ਕੀ ਕਾਰਨ ਸੀਗਾ ਜੀ, ਕਿਵੇਂ ਤੁਸੀਂ ਇਹਨਾਂ ਦਾ ਮੇਲ ਬਣਾ ਲਿਆ, ਕੀ ਵਜ੍ਹਾ ਸੀ? ਐਕਚੁਅਲੀ ਰੰਧਾਵਾ ਸਾਹਿਬ, ਮੇਰੇ ਫਾਦਰ ਸਾਹਿਬ ਮੈਨੂੰ ਰੈਸਲਿੰਗ ਵੱਲ ਲਾਉਣਾ ਚਾਹੁੰਦੇ ਸੀ। ਅੱਛਾ ਜੀ। ਮੇਰਾ ਰੁਝਾਨ ਸ਼ੁਰੂ ਤੋਂ ਜਿਹੜਾ ਸੀਗਾ ਉਹ ਗਾਉਣ ਵੱਲ ਸੀ। ਅੱਛਾ। ਬਹੁਤ ਕੋਸ਼ਿਸ਼ ਕੀਤੀ ਫਾਦਰ ਸਾਹਿਬ ਨੇ, ਪਰ ਜਦੋਂ ਮੈਂ ਕਾਲਜ ਚ ਗਿਆ ਉਦੋਂ ਭੰਗੜੇ ਨਾਲ ਬੋਲੀਆਂ ਪਾਉਂਦਾ ਹੁੰਦਾ ਸੀ। ਅੱਛਾ ਜੀ। ਭੰਗੜੇ ਦੇ ਨਾਲ ਬੋਲੀਆਂ ਪਾਉਂਦੇ ਪਾਉਂਦੇ ਸ਼ੌਕ ਗਾਉਣ ਦਾ ਪੈ ਗਿਆ ਤੇ ਗਾਉਣ ਦੇ ਵਿੱਚ ਫਿਰ ਕੈਸਟ ਐਲਬਮ ਨਵੀਆਂ ਆਈਆਂ। ਅੱਛਾ ਜੀ। ਤੇ ਉਸ ਤੋਂ ਬਾਅਦ ਸਰੋਤਿਆਂ ਦਾ ਇੰਨਾ ਅਥਾਹ ਪਿਆਰ ਮਿਲਿਆ ਬਈ ਜਿਹੜਾ ਇੱਥੇ ਤੱਕ ਪਹੁੰਚਣ ਲਈ ਮਜਬੂਰ ਹੋ ਗਿਆ। ਸੁਰਜੀਤ ਜੀ, ਤੁਸੀਂ ਜਦੋਂ ਗਾਇਕੀ ਸ਼ੁਰੂ ਕੀਤੀ ਸੀ, ਕੀ ਤੁਸੀਂ ਸੋਚਿਆ ਸੀ ਇਹਨੂੰ ਐਜ਼ ਅ ਪ੍ਰੋਫੈਸ਼ਨ ਲਵਾਂਗੇ ਕਿ ਵੈਸੇ ਹੀ ਤੁਸੀਂ ਸ਼ੌਕੀਆ ਤੌਰ ਤੇ ਸ਼ੁਰੂ ਕੀਤਾ? ਸ਼ੌਕੀਆ ਤੌਰ ਤੇ ਸ਼ੁਰੂ ਕੀਤਾ ਸੀ। ਤੇ ਉਹ ਸ਼ੌਕੀਆ ਤੌਰ ਤੇ ਭੰਗੜੇ ਦੀਆਂ ਬੋਲੀਆਂ ਤੋਂ ਸ਼ੁਰੂ ਕੀਤਾ ਸੀ ਵੀ ਸ਼ੌਕ ਸੀਗਾ, ਕਿਤੇ ਬੈਠ ਕੇ ਯਾਰਾਂ ਦੋਸਤਾਂ ਦੀ ਮਹਿਫਲ ਚ ਗਾ ਲੈਣਾ। ਠੀਕ ਆ। ਤੇ ਕਿਤੇ ਕਦੇ ਵੀ ਤੁਸੀਂ ਗਾਇਕੀ ਚ ਸੀਰੀਅਸ ਨਹੀਂ ਸੀ ਹੈਗੇ? ਸੀਰੀਅਸ ਨਹੀਂ। ਤੇ ਕੀ ਤੁਸੀਂ ਇਹਦੇ ਲਈ ਟ੍ਰੇਨਿੰਗ ਲਈ ਸੀ? ਟ੍ਰੇਨਿੰਗ ਲਈ ਹੈ ਪਹਿਲਾਂ ਆਪ ਵੀ ਲਈ ਹੈ ਤੇ ਮੇਰੇ ਗੁਰੂ ਜੀ ਅਤੁਲ ਸ਼ਰਮਾ। ਅੱਛਾ ਅੱਛਾ ਜੀ। ਜਿਹੜੇ ਬੜੇ ਤਾੜੇ ਸੰਗੀਤਕਾਰ ਆ ਜੀ। ਹਾਂ ਬਿਲਕੁਲ ਜੀ। ਫਿਰ ਉਹਨਾਂ ਕੋਲੋਂ ਮਤਲਬ ਜਿੰਨੀਆਂ ਵੀ ਮੇਰੀਆਂ ਐਲਬਮ ਆਈਆਂ ਨੇ ਸਾਰਾ ਮਿਊਜ਼ਿਕ ਉਹਨਾਂ ਦਾ ਹੀ ਹੁੰਦਾ। ਠੀਕ ਆ ਜੀ। ਤੇ ਉਹਨਾਂ ਕੋਲੋਂ ਫਿਰ ਵਕਾਇਦਾ। ਵੈਰੀ ਗੁੱਡ। ਤੇ ਹੋਰ ਕਿਹਦਾ ਕਿਹਦਾ ਸਹਿਯੋਗ ਹੈ ਤੁਹਾਨੂੰ ਮਤਲਬ ਗਾਇਕੀ ਦੇ ਸਿਖਰਾਂ ਤੱਕ ਪਹੁੰਚਾਉਣ ਦਾ? ਸਭ ਤੋਂ ਜ਼ਿਆਦਾ ਸਹਿਯੋਗ ਮੇਰੇ ਵੱਡੇ ਵੀਰ ਸ਼ਮਸ਼ੇਰ ਸੰਧੂ ਜੀ। ਵਾਹ ਜੀ ਵਾਹ। ਕਿਉਂਕਿ ਮੈਂ ਰੰਧਾਵਾ ਸਾਹਿਬ ਤੁਹਾਨੂੰ ਗੱਲ ਦੱਸਣੀ ਚਾਹਾਂਗਾ, ਕਿਉਂਕਿ ਮੇਰੀ ਕੈਸਟ ਕੋਈ ਨਹੀਂ ਸੀ ਆਈ। ਅੱਛਾ ਜੀ। ਮੈਂ ਫਿਲਮਾਂ ਚ ਪਹਿਲਾਂ ਆ ਗਿਆ ਸੀ। ਅੱਛਾ ਅੱਛਾ। ਫਿਲਮ ਅੰਖ ਜੱਟਾਂ ਦੀ ਚ ਮੇਰਾ ਟਾਈਟਲ ਸੌਂਗ ਮੇਰੇ ਤੇ ਬਣਵਾਇਆ ਗਿਆ ਸੀ। ਅੱਛਾ ਅੱਛਾ ਜੀ। ਕਿਉਂਕਿ 7-8 ਫਿਲਮਾਂ ਪੰਜਾਬੀ ਦੀਆਂ ਕੀਤੀਆਂ ਨੇ ਜਿਹੜੀਆਂ ਚ ਮੈਂ ਸਕਰੀਨ ਤੇ ਆ ਬੈਕਗ੍ਰਾਉਂਡ ਨੇ। ਅੱਛਾ ਅੱਛਾ ਜੀ। ਹਾਂ ਜੀ। ਜਿਆਦਾ ਹੱਥ ਸ਼ਮਸ਼ੇਰ ਸੰਧੂ ਜੀ ਦਾ ਉਹਨਾਂ ਨੂੰ ਸਿਰਾ ਜਾਂਦਾ। ਤੇ ਮੇਰਾ ਖਿਆਲ ਵੀ ਹੁਣ ਤੱਕ ਤੁਸੀਂ ਜੇ ਜਿੰਨੇ ਵੀ ਗੀਤ ਗਾਏ ਆ ਤੇ ਇੱਕ ਅੰਦਾਜ਼ੇ ਮੁਤਾਬਕ ਅਸੀਂ ਜਿਹੜਾ ਕੈਲਕੂਲੇਟ ਕੀਤਾ ਉਹਦੇ ਹਿਸਾਬ ਨਾਲ 90-95% ਗੀਤ ਤੁਸੀਂ ਸ਼ਮਸ਼ੇਰ ਸੰਧੂ ਜੀ ਦੇ ਹੀ ਗਾਏ ਆ। ਹਾਂ ਨਹੀਂ, ਹੋਰ ਦੇ ਵੀ ਗਾਏ ਨੇ। ਹਾਂਜੀ। ਪਰ ਜਿੰਨੇ ਮਕਬੂਲ ਗੀਤ ਹੋਏ ਨੇ ਉਹ ਸਾਰੇ ਸੰਧੂ ਸਾਹਿਬ ਦੇ। ਉਹ ਸੰਧੂ ਸਾਹਿਬ ਦੇ ਹੋਏ ਨੇ। ਠੀਕ ਆ ਜੀ। ਬੜੇ ਸਾਡੇ ਲਈ ਮਾਣ ਦੀ ਗੱਲ ਆ ਤੇ ਕਹਿੰਦੇ ਵੀ ਇੱਕ ਕੱਲਾ ਤੇ ਇੱਕ ਤੇ ਇੱਕ 11 ਬਣਦੇ ਆ। ਹਾਂਜੀ ਹਾਂਜੀ। ਤੇ ਤੁਹਾਡੇ ਨਾਲ ਮਤਲਬ ਉਹ ਗੱਲ ਹੋਈ ਆ। ਹਾਂਜੀ। ਬੜੀ ਖੁਸ਼ੀ ਦੀ ਗੱਲ ਆ ਕਿ ਇੱਕ ਐਡੇ ਵੱਡੇ ਗੀਤਕਾਰ ਸ਼ਮਸ਼ੇਰ ਸੰਧੂ ਵਰਗੇ ਉਹਨਾਂ ਨੇ ਤੁਹਾਨੂੰ ਚੁਣਿਆ ਤੇ ਮਤਲਬ ਇਹਦੇ ਤੋਂ ਮਤਲਬ ਸਾਬਤ ਹੁੰਦਾ ਕਿ ਉਹਨਾਂ ਨੇ ਤੁਹਾਡੇ ਚ ਕੋਈ ਖੂਬੀ ਦੇਖੀ ਆ ਤੇ ਉਹੀ ਕਾਰਨ ਸੀ ਉਹਨਾਂ ਨੇ ਤੁਹਾਨੂੰ ਚੁਣਿਆ। ਹਾਂਜੀ ਹਾਂਜੀ। ਤੇ ਅਸੀਂ ਇਸ ਗੱਲ ਤੋਂ ਬੜੇ ਮਤਲਬ ਪ੍ਰਸੰਨ ਆ ਜੀ। ਤੁਹਾਡੇ ਬਹੁਤ ਸਾਰੇ ਗੀਤ ਹਿੱਟ ਹੋਏ ਆ, ਜਿਵੇਂ
ਦੁਪੱਟਾ ਲੱਕ ਟੂਣੋ ਟੂਣੋ ਫਿਰ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ। ਅੱਛਾ ਬਾਕੀ ਗਾਣਿਆਂ ਬਾਰੇ ਤਾਂ ਆਪਾਂ ਬਾਅਦ ਚ ਗੱਲ ਕਰਾਂਗੇ, ਮੈਨੂੰ ਇੱਕ ਸਮਝ ਨੀ ਆਈ। ਅਸੀਂ ਹੁਣ ਇੱਥੇ ਅਮਰੀਕਾ ਦੀ ਧਰਤੀ ਰਹਿੰਦੇ, ਸਾਨੂੰ ਨੀ ਪਤਾ ਉੱਥੇ ਕੀ ਕਲਚਰ ਹੈ ਇਸ ਵੇਲੇ ਇੰਡੀਆ ਚ, ਪਰ ਅਸੀਂ ਜਦੋਂ ਡੀਜੇ ਵਗੈਰਾ ਜਾਂ ਕੋਈ ਭੰਗੜਾ ਪੈਂਦਾ ਵੇਖਦੇ ਆ, ਤੁਹਾਡੇ ਆਮ ਤੌਰ ਤੇ ਡੀਜੇ ਚ ਤਕਰੀਬਨ 80% ਗਾਣੇ ਗੀਤ ਤੁਹਾਡੇ ਹੁੰਦੇ ਆ, ਇਹਦੇ ਤਾਂ ਕੋਈ ਸ਼ੱਕ ਹੈ ਨੀ। ਪਰ ਜਦੋਂ ਤੁਹਾਡਾ ਇਹ ਗੀਤ ਲੱਗਦਾ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ, ਉਹ ਨੱਚਣ ਵਾਲੇ ਕਈ ਵਾਰੀ ਕਪਲ ਹੁੰਦੇ ਆ ਤੇ ਉਹ ਇੱਕ ਦੂਜੇ ਵਾਲਾ ਇਸ਼ਾਰਾ ਇਸ਼ਾਰਾ ਕਰਕੇ ਕਹਿੰਦੇ ਹੁੰਦੇ ਆ ਕਿ ਤੂੰ ਨੀ ਬੋਲਦੀ, ਕੀ ਮਤਲਬ ਕੀ ਆ ਜਿਹੜਾ ਖਾਸ ਤੌਰ ਤੇ ਜਿਹੜੇ ਦੋ ਗੀਤ ਨੇ। ਅੱਛਾ ਜੀ, ਇਹ ਆਪਣੇ ਆਪ ਹੀ ਨੱਚਣ ਲਈ ਮਜਬੂਰ ਕਰ ਦਿੰਦੇ, ਕਿਉਂਕਿ ਕੋਈ ਆਪੇ ਤਾਂ ਪਤਾ ਨੀ ਰਹਿੰਦਾ, ਕਿਉਂਕਿ ਬੀਚ ਇੱਕ ਤਾਂ ਸੌਂਗ ਦੀ ਏਦਾਂ ਦੀ ਹੈ ਤੇ ਉਹ ਆਪਣੇ ਆਪ ਤਾਂ ਪਤਾ ਨੀ ਰਹਿੰਦਾ ਵੀ ਮੈਂ ਕੀ ਕੁਛ ਕੀ ਇਸ਼ਾਰਾ ਕਰ ਰਿਹਾ, ਕਿਹਦੇ ਵੱਲ ਇਸ਼ਾਰਾ ਕਰ ਰਿਹਾ, ਮਤਲਬ ਆਪ ਮੁਹਾਰੇ ਹੀ ਨੱਚਣ ਨੂੰ ਦਿਲ ਕਰਦਾ। ਵਾਹ ਜੀ ਵਾਹ, ਮਤਲਬ ਤੁਸੀਂ ਜਵਾਬ ਦੇ ਦਿੱਤਾ ਗੋਲ ਮੋਲ ਕਰਕੇ, ਇਹ ਹੁਣ ਪੰਜਾਬੀ ਸਾਡੇ ਆਪਣੇ ਆਪ ਹੀ ਮਤਲਬ ਕੱਢਣ, ਇਹਦਾ ਮਤਲਬ ਕੀ ਆ। ਸਾਡੇ ਲਈ ਵੈਸੇ ਖੁਸ਼ੀ ਦੀ ਗੱਲ ਹੈ ਵੀ ਜੇ ਕੋਈ ਵੀ ਤੁਸੀਂ ਤੁਹਾਡੇ ਮੂੰਹ ਤੋਂ ਜਿੰਨੇ ਵੀ ਸ਼ਬਦ ਨਿਕਲਦੇ ਆ ਉਹ ਸਾਡੇ ਹੁਣ ਮਤਲਬ ਜਿਵੇਂ ਆਡੀਅੰਸ ਨੂੰ, ਸਾਡੇ ਦਰਸ਼ਕਾਂ ਨੂੰ, ਮਤਲਬ ਸਾਡੀ ਪੰਜਾਬੀ ਲੋਕਾਂ ਨੂੰ ਇਹ ਹੋਗਾ ਵੀ ਇਹ ਜੋ ਵੀ ਸੁਰਜੀਤ ਮਿੰਦਰਖੀਆ ਕਹਿੰਦਾ ਉਹ ਮਤਲਬ ਨੱਚਣ ਵਾਲੇ ਗੀਤ ਹੋਊਗਾ, ਬੋਲੇ ਜੋ ਮਰਜ਼ੀ ਉਹ ਜੀ, ਇਹ ਹੁਣ ਨੱਚਣ ਵਾਲੇ ਗੀਤ ਵੀ ਅਸੀਂ ਤਾਂ ਨੱਚਣਾ ਹੀ ਨੱਚਣਾ ਸੁਰਜੀਤ ਮਿੰਦਰਖੀਆ ਦਾ ਗੀਤ, ਤੇ ਬੜੀ ਖੁਸ਼ੀ ਦੀ ਗੱਲ ਆ ਜੀ। ਅੱਛਾ ਇੱਕ ਸਾਨੂੰ ਦੱਸੋ, ਤੁਸੀਂ ਵਿਦੇਸ਼ਾਂ ਚ ਵੀ ਜਾਂਦੇ ਹੋ, ਤੁਸੀਂ ਹਿੰਦੁਸਤਾਨ ਚ ਵੀ ਮਤਲਬ ਆਪਣੇ ਪੰਜਾਬ ਚ ਵੀ ਗਾਇਕੀ ਕਰਦੇ ਹੋ, ਤੁਹਾਨੂੰ ਵਿਦੇਸ਼ੀ ਗਾਇਕੀ ਤੇ ਮਤਲਬ ਇਧਰਲੀ ਉਧਰਲੀ ਗਾਇਕੀ ਜਿਵੇਂ ਆਪਣੇ ਦੇਸ਼ ਚ ਰਹਿ ਕੇ ਗਾਇਕੀ, ਉਹਦੇ ਦੋਵੇਂ ਕੀ ਤੁਹਾਨੂੰ ਡਿਫਰੈਂਟ ਲੱਗਾ ਆਪਣੇ ਆਪ ਚ? ਡਿਫਰੈਂਟ ਦੇਖੋ ਰਧਾਵਾ ਸਾਹਿਬ ਮੈਨੂੰ ਤਾਂ ਕੋਈ ਲੱਗਦਾ, ਕਿਉਂਕਿ ਜਿੰਨਾ ਪਿਆਰ ਉੱਥੇ ਮਿਲਦਾ ਹੈ ਉਹ ਤੋਂ ਜ਼ਿਆਦਾ ਪਿਆਰ ਵਿਦੇਸ਼ਾਂ ਚ ਮਿਲਦਾ। ਠੀਕ ਹੈ ਜੀ, ਕਿਉਂਕਿ ਜਿੱਥੇ ਵੀ ਸਾਡੇ ਪੰਜਾਬੀ ਵੀਰ ਵੱਸਦੇ ਨੇ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵੱਸਦੇ ਨੇ, ਉਹ ਅਕਸਰ ਪਿਆਰ ਉਹਨਾਂ ਹੀ ਦਿੰਦੇ। ਵਾਹ ਰੱਖਿਆ ਜੀ, ਪਹਿਲਾਂ ਤੁਸੀਂ ਇੱਕ ਗੱਲ ਕੀਤੀ ਸੀ ਕਿ ਤੁਸੀਂ ਜਿਵੇਂ ਦੱਸਿਆ ਸੀਗਾ ਕੁਝ ਇੱਕ ਫਿਲਮਾਂ ਵਿੱਚ ਵੀ ਤੁਸੀਂ ਕੰਮ ਕੀਤਾ, ਤੇ ਅਸੀਂ ਜਾਣਨਾ ਚਾਹਾਂਗੇ ਆਪਣੇ ਦਰਸ਼ਕਾਂ ਨੇ ਕਿ ਕਿਹੜੀ ਕਿਹੜੀ ਫਿਲਮਾਂ ਵਿੱਚ ਹੁਣ ਤੁਸੀਂ ਆਪਣੇ ਗੀਤ ਗਾ ਚੁੱਕੇ ਹੋ? ਕਿਉਂਕਿ 6-7 ਫਿਲਮਾਂ ਨੇ, ਜਿੱਦਾਂ ਅਣਖ ਜੱਟਾਂ ਦੀ। ਅੱਛਾ, ਉਹ ਪਹਿਲੀ ਫਿਲਮ ਸੀ ਤੁਹਾਡੀ? ਪਹਿਲੀ ਫਿਲਮ ਸੀ। ਅੱਛਾ ਜੀ, ਉਹਦੇ ਟਾਈਟਲ ਸੌਂਗ ਸੀਗਾ ਬਾਣੀਆਂ ਨੇ ਜੱਟ ਢਾਲਿਆ। ਵਾਹ ਜੀ ਵਾਹ, ਤੇ ਉਸ ਤੋਂ ਬਾਅਦ ਸੀ ਬਦਲਾ ਜੱਟੀ ਦਾ। ਅੱਛਾ, ਉਹਦੇ ਵਿੱਚ ਮੈਂ ਤੇ ਸੁਰਿੰਦਰ ਸ਼ਿੰਦਾ ਜੀ ਦਾ ਖਾੜਾ ਸੀਗਾ। ਅੱਛਾ ਜੀ, ਤੇ ਜੱਟ ਯੋਧੇ ਜਿਉਣਾ ਮੌੜ, ਤੇ ਇਸ ਤਰ੍ਹਾਂ ਕਰਕੇ 6-7 ਫਿਲਮਾਂ। ਹਾਂਜੀ, ਤੇ ਤੁਸੀਂ ਕਦੇ ਇਹ ਵੀ ਸੋਚਿਆ ਕਿ ਕੱਲੀਆਂ ਫਿਲਮਾਂ ਵਿੱਚ ਕੰਮ ਕੀਤਾ ਜਾਵੇ? ਰੋਕੜੀ ਆ ਉਹ ਘੱਟ ਮਿਲਦੇ ਪੈਸੇ, ਤੇ ਗਾਇਕੀ ਚ ਤੁਸੀਂ ਜਿਆਦਾ ਪੈਸੇ ਬਣਾਉਂਦੇ ਹੋ? ਨਹੀਂ, ਹੁੰਦਾ ਤਾਂ ਹੈ ਜੀ, ਬੰਦਾ ਕਰਦਾ ਤਾਂ ਪੈਸੇ ਨਹੀਂ ਆ। ਨਹੀਂ, ਅਕਸਰ ਪੈਸੇ ਬਿਨਾਂ ਵੀ ਕੁਛ ਨੀ, ਪੈਸਾ ਵੀ ਸਾਰਾ ਕੁਛ ਨੀ। ਬੜੀ ਵਧੀਆ ਗੱਲ ਆ ਜੀ, ਤੇ ਹੁਣ ਇਸ ਵੇਲੇ ਤੁਹਾਡੀ ਜਿਹੜੀ ਮਾਰਕੀਟ ਚ ਕਿਹੜੀ ਕੈਸਟ ਚੱਲ ਰਹੀ ਹੈ? ਕੈਸਟ ਇਸ ਵੇਲੇ ਤਾਂ ਬਿੱਲੀਆਂ ਅੱਖੀਆਂ ਬੋਲ ਨਹੀਂ ਹਿੱਲਦੇ, ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲ। ਵਾਹ ਜੀ ਵਾਹ, ਬਹੁਤ ਵਧੀਆ ਕੈਸਟ ਹੈ ਜੀ। ਤੇ ਨਵੀਂ ਐਲਬਮ ਮੈਂ ਰਿਕਾਰਡ ਕਰਕੇ ਆਇਆ ਸੀ। ਅੱਛਾ ਜੀ, ਤੇ ਉਹ ਮੈਂ ਹੁਣ ਜਾ ਕੇ ਰਿਲੀਜ਼ ਕਰਾਂਗਾ। ਠੀਕ ਹੈ ਜੀ, ਤੇ ਉਹ ਤੁਹਾਡੇ ਸਾਹਮਣੇ ਫੇਰ ਆਏਗੀ, ਉਹਦਾ ਟਾਈਟਲ ਸੌਂਗ ਅਜੇ ਨਹੀਂ ਰੱਖਿਆ, ਪਰ ਆਪਣੇ ਆਪ ਹੀ ਸਰੋਤਿਆਂ ਨੂੰ ਪਤਾ ਲੱਗ ਜਾਣਾ। ਸਰੋਤੇ ਤਾਂ ਸਭ ਤੋਂ ਬਹੁਤ ਸਿਆਣੇ ਨੇ, ਇਹ ਤਾਂ ਨਿਚੋੜ ਆਪਣੇ ਆਪ ਹੀ ਕੱਢ ਲੈਂਦੇ ਨੇ। ਠੀਕ ਹੈ, ਬਿਲਕੁਲ ਠੀਕ ਹੈ ਜੀ, ਵੈਸੇ ਤਾਂ ਮਤਲਬ ਸਾਡੇ ਵਾਕਈ ਸਰੋਤੇ ਬਹੁਤ ਸਿਆਣੇ ਆ, ਤੇ ਉਹਨਾਂ ਨੂੰ ਪਰਖ ਆ ਵੀ ਕਿਹੜਾ ਗਾਇਕ ਚੰਗਾ ਹੈਗਾ ਕਿਹੜਾ ਮਾੜਾ, ਕਿਹੜਾ ਮਾੜਾ, ਤੇ ਹਮੇਸ਼ਾ ਹੀ ਜਿਹੜੀ ਸ਼ਾਬਾਸ਼ ਉਹ ਚੰਗੇ ਗਾਇਕ ਨੇ, ਚੰਗੇ ਕੰਮ ਨੇ ਮਿਲਣੇ ਆ, ਭਾਵੇਂ ਅਨੇਕਾਂ ਹੀ ਗਾਇਕ ਜਿਹੜੇ ਗੀਤ ਫਿਲਮਾਂਕਣ ਹੁੰਦੇ ਆ ਉਹ ਮਤਲਬ ਉਹਨਾਂ ਦੇ ਜਿਹੜੇ ਗਾਇਕ ਤਾਂ ਚਲੋ ਠੀਕ ਹੁੰਦਾ, ਪਰ ਉਹ ਨਾਂ ਦੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਉਹਨਾਂ ਦੇ ਕੱਪੜੇ ਕੁਪੜੇ ਬਹੁਤ ਘੱਟ ਉਹਨਾਂ ਨੂੰ ਪਾਏ ਜਾਂਦੇ ਆ, ਤੇ ਸਾਨੂੰ ਕਈ ਵਾਰੀ ਆਪਣੇ ਪ੍ਰੋਗਰਾਮ ਚ ਗਾਣੇ ਦੇਣ ਲਈ ਸਿਲੈਕਸ਼ਨ ਕਰਨ ਲਈ ਬੜੀ ਅਖਿਆਈ ਜਾਂਦੀ ਆ ਵੀ ਕਿਹੜਾ ਗੀਤ ਅਸੀਂ ਲਾਈਏ ਜਿਹਦੇ ਵਿੱਚ ਕੱਪੜੇ ਤਕਰੀਬਨ ਪੂਰੇ ਪਾਏ ਹੋਣ, ਸਹੀ ਢੰਗ ਨਾਲ ਪਾਏ ਹੋਣ, ਕਹਿੰਦਾ ਮਤਲਬ ਲੱਚਰਤਾ ਜਿਹੜੀ ਆ ਪੰਜਾਬੀ ਗਾਇਕੀ ਚ ਕਾਫੀ ਹੱਦ ਤੱਕ ਵੱਧ ਗਈ ਆ। ਹਾਂਜੀ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਇਹ ਠੀਕ ਆ ਇਹ ਮਤਲਬ ਜੋ ਹੋ ਰਿਹਾ? ਨਹੀਂ ਦੇਖੋ ਜੀ, ਗੀਤ ਤਾਂ ਉਹ ਹੀ ਆ ਜਿਹੜਾ ਆਪਾਂ ਪਰਿਵਾਰ ਚ ਬੈਠ ਕੇ ਦੇਖ ਸਕਦੇ ਹਾਂ, ਕਿਉਂਕਿ ਮੇਰੇ ਜਿੰਨੇ ਵੀ ਗਾਣੇ ਆਏ ਨੇ ਕਿਸੇ ਚ ਲੈਕਚਰਤਾ ਨਹੀਂ ਹੈ, ਅਸੀਂ ਬਹੁਤ ਦੂਰ ਆ। ਮੈਂ ਤਾਂ ਇਹੀ ਜਿਹੜੇ ਨਵੇਂ
ਗਾਇਕ ਨੇ ਨਵੇਂ ਆਰਟਿਸਟ ਨੇ ਉਹਨਾਂ ਨੂੰ ਕਹੂੰਗਾ ਕਿ ਇਹ ਤੋਂ ਕੋਹਾ ਦੂਰ ਰਹਿਣ ਤਾਂ ਕਿ ਆਪਾਂ ਸਾਰੇ ਪਰਿਵਾਰ ਚ ਬੈਠ ਕੇ ਦੇਖ ਸਕੀਏ, ਆਨੰਦ ਮਾਣ ਸਕੀਏ, ਧੀਆਂ ਭੈਣਾਂ ਸਾਰੀਆਂ ਸਾਰੇ ਇਕੱਠੇ ਬੈਠ ਕੇ ਆਪਾਂ ਪ੍ਰੋਗਰਾਮ ਦੇਖ ਸਕੀਏ, ਇਹੀ ਰਿਕੁਐਸਟ ਹੈ ਤੁਹਾਡੀਆਂ। ਵੈਸੇ ਤਾਂ ਕਾਫੀ ਕੈਸਟਾਂ, ਆਡੀਓ ਕੈਸਟਾਂ, ਵੀਡੀਓ, ਹੋਰ ਵੀ ਬਹੁਤ ਕੁਛ ਮਟੀਰੀਅਲ ਤੁਸੀਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਇਆ, ਤੇ ਤੁਸੀਂ ਕੋਈ ਰਿਕਾਰਡ ਰੱਖਿਆ ਕਿੰਨੇ ਹੁਣ ਤੱਕ ਗੀਤ ਗਾ ਚੁੱਕੇ ਹੋ ਆਲ ਟੁਗੇਦਰ? ਹੁਣ ਤੱਕ ਰੰਧਾਵਾ ਸਾਹਿਬ ਮੇਰੀਆਂ 30 ਕੈਸਟਾਂ ਆ ਚੁੱਕੀਆਂ ਨੇ। ਅੱਛਾ, ਕਿਉਂਕਿ ਇਹ ਵੀ ਇੱਕ ਤਵਾਰੀਖੀ ਆ, ਰਿਕਾਰਡ ਆ ਜੀ। ਹਾਂਜੀ, ਬਹੁਤ ਥੋੜੇ ਸਮੇਂ ਚ ਤੁਸੀਂ ਇੰਨਾ ਮਤਲਬ ਕਰ ਗਏ। ਹਾਂਜੀ, ਜਿਹੜੀਆਂ ਕਿ ਮਤਲਬ ਕਿ ਹਿੱਟ ਨੇ। ਵਾਹ ਜੀ ਵਾਹ, ਕੋਈ ਕੈਸਟ ਮਤਲਬ ਖਿਲਾਫ ਨੀ, ਸਾਰੀਆਂ ਪਰਮਾਤਮਾ ਦੀ ਕਿਰਪਾ ਨਾਲ, ਸਰੋਤਿਆਂ ਦੇ ਪਿਆਰ ਨਾਲ। ਪਹਿਲਾਂ ਤਾਂ ਮੈਂ ਤੁਹਾਡੀ ਗੱਲ ਕੱਟਦਾ, ਹਾਂਜੀ, ਕੋਈ ਖਿਲਾਫ ਨੀ, ਇਹ ਤੁਹਾਨੂੰ ਦੱਸਣ ਦੀ ਲੋੜ ਹੀ ਨੀ, ਸਾਡੇ ਸਰੋਤਿਆਂ ਨੂੰ ਖੁਦ ਨੂੰ ਪਤਾ ਗਿਆ। ਸੁਰਜੀਤ ਮਿੰਦਰਖੀ ਦਾ ਜਿਹੜਾ ਵੀ ਗੀਤ ਹੁਣ ਤੱਕ ਗਾਇਆ ਗਿਆ ਉਹ ਇੱਕ ਤੋਂ ਇੱਕ ਹਿੱਟ ਹੋਇਆ। ਹਾਂਜੀ, ਦੱਸਣ ਦੀ ਲੋੜ ਸਿਆਣੇ ਨੇ ਸਰੋਤਿਆਂ ਪਿਆਰ ਕਰਦੇ ਆ ਜੀ, ਇਸ ਕਰਕੇ ਵੀ ਤੁਸੀਂ ਚੰਗਾ ਕਰਨੇ ਹੋ, ਤੁਹਾਨੂੰ ਸਿਰ ਸੁਣਦੇ ਆ। ਹਾਂਜੀ, ਆਲ ਟੁਗੇਦਰ ਤੁਹਾਡੇ ਕਹਿਣ ਦਾ ਮਤਲਬ 30 ਦੇ ਕਰੀਬ ਤੁਸੀਂ ਮਤਲਬ ਆਡੀਓ ਕੈਸਟਸ ਹੁਣ ਤੱਕ ਮਾਰਕੀਟ ਚ ਦੇ ਘੱਟ ਚੁੱਕੇ ਆ, ਘੱਟ ਚੁੱਕੇ। ਬਾਕੀ ਜਿਹੜੇ ਮਤਲਬ ਕਿ ਇਕੱਠਿਆਂ ਦੇ ਜਿਦਾਂ ਹੁਣ ਵਿਸਾਖੀ ਤੇ ਜਾਂ ਨਵੇਂ ਸਾਲ ਤੇ ਉਹ ਵੱਖਰੇ ਨੇ। ਠੀਕ ਹੈ ਜੀ, ਹਾਂਜੀ ਉਹ ਵੱਖਰੇ। ਤੇ ਤੁਹਾਨੂੰ ਵੈਸੇ ਗੀਤ ਤੁਹਾਡੇ ਇੱਕ ਤੋਂ ਇੱਕ ਵੱਧ ਗਏ, ਤੁਹਾਡੇ ਹਿਸਾਬ ਨਾਲ ਤੁਹਾਨੂੰ ਕਿਹੜੇ ਗੀਤ ਚ ਸਭ ਤੋਂ ਜਿਆਦਾ ਸੰਤੁਸ਼ਟੀ ਮਿਲੀ ਹੈ? ਦੇਖੋ ਜੀ, ਗਾਣੇ ਤਾਂ ਆਰਟਿਸਟ ਨੂੰ ਸਾਰੇ ਪੁੱਤਾਂ ਵਰਗੇ ਹੁੰਦੇ, ਮਾਂ ਪੁੱਤ ਬਰਾਬਰ ਹੀ ਹੁੰਦੇ, ਬਰਾਬਰ ਹੀ ਹੁੰਦੇ ਨੇ। ਪਰ ਸੰਤੁਸ਼ਟੀ ਪਹਿਲਾਂ ਗਾਣਾ ਆਇਆ ਸੀ ਮੇਰਾ ਜੁਗਨੀ, ਜੁਗਨੀ ਕਰਕੇ ਹੋ ਗਈ ਸੀ, ਫਿਰ ਸੋਚਿਆ ਵੀ ਇਸ ਨੂੰ ਅੱਗੇ ਕੀ ਦਈਏ, ਫਿਰ ਬਸ ਕਰ ਬਸ ਕਰ, ਫਿਰ ਉਸ ਤੋਂ ਬਾਅਦ ਦੁਪੱਟਾ, ਤੇ ਦੁਪੱਟੇ ਤੋਂ ਬਾਅਦ ਯਾਰ ਬੋਲਦਾ, ਹੁਣ ਇਹ ਹੀ ਫਿਕਰ ਲੱਗਿਆ ਹੋਇਆ ਵੀ ਯਾਰ ਬੋਲਦੇ ਤੋਂ ਅੱਗੇ ਕੀ ਦਈਏ। ਫਿਕਰ ਕੋਈ ਨੀ, ਤੁਹਾਡੇ ਕੋਲ ਏਡੇ ਵੱਡੇ ਵਧੀਆ ਵਧੀਆ ਗੀਤਕਾਰ ਹੈਗੇ ਆ, ਤੁਹਾਡੀ ਆਪਣੀ ਇੰਨੀ ਵਧੀਆ ਆਵਾਜ਼ ਆ, ਮਿਊਜ਼ਿਕ ਡਾਇਰੈਕਟਰ ਤੁਹਾਡੇ ਨਾਲ ਵਧੀਆ, ਤੁਹਾਡਾ ਜਿਹੜਾ ਟੀਮ ਵਰਕ ਆ ਉਹ ਬਹੁਤ ਵਧੀਆ, ਤੇ ਜਿੰਨਾ ਚਿਰ ਟੀਮ ਵਰਕ ਵਧੀਆ ਨਹੀਂ ਹੁੰਦਾ ਉਨਾ ਕੁਦਰਤੀ ਗੱਲ ਆ ਵੀ ਤੁਸੀਂ ਮਤਲਬ ਕੱਲੇ ਕੋਈ ਵੀ ਪਰਫਾਰਮੈਂਸ ਨਹੀਂ ਦੇ ਸਕਦਾ। ਹਾਂਜੀ, ਇਹ ਵੀ ਹੈ ਸਾਡਾ, ਅਸੀਂ ਕੋਈ ਵੀ ਸਿਲੈਕਸ਼ਨ ਕਰਦੇ ਆ, ਅਸੀਂ ਸੁਲਝੇ ਹੋਏ ਬੰਦੇ ਨੂੰ ਬਿਠਾ ਕੇ ਸਾਰਿਆਂ ਨੂੰ ਇਕੱਠੇ, ਮਤਲਬ ਮਿਊਜ਼ਿਕ ਡਾਇਰੈਕਟਰ ਵੀ, ਸੰਧੂ ਸਾਹਿਬ ਵੀ, ਤੇ ਹੋਰ ਵੀ ਜਿਹੜੇ ਤੁਹਾਡੇ ਵਰਗੇ ਸਮਝਦਾਰ ਬੰਦੇ ਨੇ ਉਹਨਾਂ ਨੂੰ ਬਿਠਾ ਕੇ ਸਿਲੈਕਸ਼ਨ ਕਰਦੇ ਆ ਗਾਣਿਆਂ ਦੀ। 20 ਗਾਣੇ ਚੁਣੇ, ਉਹਦੇ ਵਿੱਚ 15 ਕੱਢੇ, ਉਹਦੇ ਚੋਂ 8 ਕੱਢੇ, ਤੇ 8 ਦੀ ਫੇਰ ਰਿਕਾਰਡਿੰਗ। ਆਮ ਤੌਰ ਤੇ ਹੁੰਦਾ ਵੀ ਘਰ ਚੋਂ ਉਹੀ ਬੰਦਾ ਅੱਗੇ ਰੀਤ ਨੂੰ ਤੋੜਦਾ, ਜੇ ਕੋਈ ਪਹਿਲਾਂ ਵੀ ਕੋਈ ਘਰ ਵਿੱਚ ਜਿੱਦਾਂ ਕੋਈ ਸੇਮ ਪ੍ਰੋਫੈਸ਼ਨ ਚ ਹੋਵੇ, ਜਿਵੇਂ ਤੁਸੀਂ ਕਲਾਕਾਰ ਹੋ, ਵੀ ਤੁਹਾਡੇ ਘਰ ਚ ਹੋਰ ਵੀ ਕੋਈ ਕਲਾਕਾਰ ਹੋਵੇ, ਤੇ ਕੋਈ ਅਜਿਹਾ ਕੋਈ ਹੋਰ ਵੀ ਸ਼ਖਸੀਅਤ ਹੈ ਤੁਹਾਡੇ ਘਰ ਚ ਜਿਨ੍ਹਾਂ ਨੇ ਮਤਲਬ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਹੋਵੇ? ਨਹੀਂ, ਕਿਉਂਕਿ ਬਿਲਕੁਲ ਓਪੋਜਿਟ ਸੀਗਾ ਸਾਡੇ ਦਾ ਘਰ ਚ, ਫਾਦਰ ਸਾਹਿਬ ਪਹਿਲਵਾਨੀ ਕਰਦੇ ਸੀਗੇ, ਤੇ ਗਾਉਣ ਤੇ ਪਹਿਲਵਾਨੀ ਦਾ ਤਾਂ ਸੁਮੇਲ ਹੀ ਨਹੀਂ ਹੈਗਾ ਜੀ। ਹਾਂਜੀ, ਪਰ ਜਦ ਹੁਣ ਤਾਂ ਮੇਰੀ ਮੈਰਿਜ ਹੋਈ ਹੈ, ਮੇਰੀ ਪਤਨੀ ਪ੍ਰੀਤ ਬੈਂਸ ਮੇਰੀ ਲਵ ਮੈਰਿਜ ਹੈ। ਅੱਛਾ ਜੀ, ਤੇ ਦੋ ਬੱਚੇ ਨੇ ਗਿਤਾਜ ਤੇ ਮਿਨਾਜ ਬਿਟੀਆ ਛੋਟੀ ਹੈ, ਤੇ ਪਰਿਵਾਰ ਬਹੁਤ ਠੀਕ ਠਾਕ, ਪਰਮਾਤਮਾ ਦੀ ਕਿਰਪਾ ਨਾਲ ਖੁਸ਼ੀ ਖੁਸ਼ੀ ਰਹਿੰਦੇ ਆ। ਤੇ ਤੁਹਾਡੇ ਵਾਈਫ ਵੀ ਪੂਰਾ ਤੁਹਾਨੂੰ ਸਹਿਯੋਗ ਦਿੰਦੇ ਨੇ? ਸਹਿਯੋਗ ਦਿੰਦੇ ਨੇ, ਕਿਉਂਕਿ ਐਕਚੁਅਲੀ ਵਿਆਹ ਤੋਂ ਬਾਅਦ ਹੀ ਮੈਂ ਜਿਹੜੇ ਕੈਸਟਾਂ ਕੱਢੀਆਂ ਨੇ ਵਿਆਹ ਤੋਂ ਬਾਅਦ ਹੀ ਮਕਬੂਲ ਹੋਈਆਂ ਨੇ। ਅੱਛਾ ਜੀ, ਜ਼ਿਆਦਾ ਮਤਲਬ ਸਹਿਯੋਗ ਕਹਿ ਲਈਏ ਜਾਂ ਉਹਨਾਂ ਦੀ ਲੱਕ ਕਹਿ ਲਈਏ, ਉਹ ਕਾਉਂਟ ਕਰਦੀ ਹੈ, ਮੈਂ ਜ਼ਿਆਦਾ ਸਿਹਰਾ ਪ੍ਰੀਤ ਨੂੰ ਹੀ ਜਾਂਦਾ। ਵੈਰੀ ਗੁੱਡ ਜੀ, ਇਹ ਤਾਂ ਬਹੁਤ ਵਧੀਆ ਗੱਲ ਆ, ਖੁਸ਼ੀ ਦੀ ਗੱਲ ਆ। ਆਮ ਤੌਰ ਤੇ ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀਗਾ, ਬੜੇ ਪੁਰਾਣੇ ਜਮਾਨੇ ਚ ਪੰਜਾਬੀ ਗਾਇਕੀ ਨੂੰ ਕੋਈ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ, ਪਰ ਜਦੋਂ ਦੇ ਤੁਹਾਡੇ ਵਰਗੇ ਗਾਇਕ ਮਾਰਕੀਟ ਵਿੱਚ ਆਏ ਆ, ਲੋਕਾਂ ਸਾਹਮਣੇ ਉਭਰ ਕੇ ਸਾਹਮਣੇ ਆਏ ਆ, ਤੇ ਜਿਹੜੀ ਇੱਕ ਤਾਂ ਪੰਜਾਬੀ ਗਾਇਕਾਂ ਦੀ ਇੱਜ਼ਤ ਬਣ ਗਈ ਉਹਦੇ ਨਾਲ, ਸਾਡੇ ਜਿਹੜਾ ਮਤਲਬ ਜਿਹੜੀ ਗਾਇਕੀ ਸੀਗੀ ਉਹ ਵੀ ਹੋਰ ਵੀ ਪ੍ਰਫੁੱਲਿਤ ਹੋਈ ਆ, ਹੋਰ ਵੀ ਮਾਡਰਨਾਈਜ਼ ਹੋਈ ਜਾਂਦੀ ਆ ਸਾਰੇ। ਤੇ ਇਹਦੇ ਚ ਇੱਕ ਮਾਡਰਨਾਈਜ਼ ਤੋਂ ਗੱਲ ਜੁੜਦੀ ਆ, ਜਿਸ ਤਰ੍ਹਾਂ ਅੱਜ ਕੱਲ ਤੁਸੀਂ ਤਾਂ ਚਲੋ ਬਹੁਤ ਕਲਚਰਲ ਗੀਤ ਗਾਉਂਦੇ ਹੋ, ਸਾਡੇ ਗੀਤਾਂ ਵਿੱਚ ਵੈਸਟਰਨਾਈਜ਼ ਕਾਫੀ ਵੜ ਗਈ ਆ, ਮਤਲਬ ਐਡ ਹੋ ਗਈ, ਉਹਦੇ ਚ ਕੋਈ ਆਪਣਾ ਨੁਕਸਾਨ ਤਾਂ ਨਹੀਂ ਹੈਗਾ ਪੰਜਾਬੀ ਸੱਭਿਆਚਾਰ ਨੂੰ, ਕੋਈ ਖਤਰਾ ਤਾਂ ਨਹੀਂ ਹੈਗਾ ਉਹਦੇ ਚ? ਦੇਖੋ ਜੀ, ਜਿਹੜਾ ਸਾਡਾ ਸੱਭਿਆਚਾਰ ਹੈ ਇਹ ਐਵਰਗ੍ਰੀਨ ਹੈ, ਇਹ ਕਦੀ ਨਹੀਂ ਮਰਦਾ। ਕਿਉਂਕਿ ਮੈਂ ਤੁਹਾਨੂੰ ਮਿਸਾਲ ਹੀ ਦਿੰਦਾ, ਜਦੋਂ ਮੇਰਾ ਗਾਣਾ ਆਇਆ ਸੀ ਤੇਰੇ ਚ ਤੇਰਾ ਯਾਰ ਬੋਲਦਾ, ਉਦੋਂ ਪੌਪ ਦੀ ਹਨੇਰੀ ਝੁੱਲ ਰਹੀ ਸੀ। ਹਾਂਜੀ ਹਾਂਜੀ, ਪਰ ਇਸ ਗਾਣੇ ਨੇ ਚਿੱਬ ਪਾਇਆ, ਬਿਲਕੁਲ ਇਸ ਗਾਣੇ ਨੂੰ ਲੋਕਾਂ ਨੇ ਪਸੰਦ ਕਰਿਆ। ਜੇ ਆਪਾਂ ਚੰਗਾ ਲੋਕਾਂ ਲਈ ਦਵਾਂਗੇ, ਚੰਗੇ ਗੀਤ ਦਵਾਂਗੇ, ਉਹ ਅਕਸਰ ਲਾਈਕ ਕਰਦੇ, ਅਕਸਰ ਪਸੰਦ ਕਰਦੇ। ਵੈਰੀ ਗੁੱਡ ਜੀ,
ਬੜੇ ਖੁਸ਼ ਵੀ ਹੋਣਗੇ ਕਿ ਏਡੇ ਵੱਡੇ ਕਲਾਕਾਰ ਅੱਜ ਉਹਨਾਂ ਦੇ ਰੂਬਰੂ ਹੋ ਰਹੇ ਆ, ਤੇ ਸਾਡੇ ਲਈ ਵੀ ਮਾਣ ਦੀ ਗੱਲ ਆ, ਟੀਵੀ ਇੰਡੀਆ ਲਈ ਵੀ, ਪੰਜਾਬ ਮੇਲ ਲਈ ਵੀ ਜਿਹੜੇ ਤੁਹਾਡੇ ਵਰਗੇ ਕਲਾਕਾਰ ਨੂੰ ਅਸੀਂ ਦਰਸ਼ਕਾਂ ਸਾਹਮਣੇ ਰੂਬਰੂ ਕਰ ਰਹੇ ਹਾਂ। ਅੱਛਾ, ਇੱਕ ਸਵਾਲ ਮੇਰੇ ਜਿਹਨ ਚ ਆਉਂਦਾ ਕਿ ਕਈ ਵਾਰੀ ਕਲਾਕਾਰ ਜਿਹੜੇ ਹੁੰਦੇ ਆ ਉਹ ਕਲਾਕਾਰ ਨਹੀਂ ਹੁੰਦੇ ਬੇਸਿਕਲੀ, ਤੇ ਉਹਨਾਂ ਨੂੰ ਸ਼ੌਂਕ ਹੀ ਹੁੰਦਾ ਵੀ ਉਹ ਕੈਸਟ ਕਢਾ ਲੈਣਗੇ, ਵੀ ਜੇ ਕੈਸਟ ਉਹਨਾਂ ਦੀ ਜਾਂ ਟੇਪ ਉਹਨਾਂ ਦੀ ਮਾਰਕੀਟ ਚ ਆ ਗਈ ਜਾਂ ਸੀਡੀ ਮਾਰਕੀਟ ਚ ਆ ਗਈ ਵੀ ਉਹਨਾਂ ਨੇ ਰਾਤੋਂ ਰਾਤ ਹੀ ਕਲਾਕਾਰ ਬਣ ਜਾਣਾ। ਬਿਲਕੁਲ, ਉਹਨਾਂ ਨਾਮ ਨੇ ਹੱਥ ਕਲਾਕਾਰਾਂ ਬਾਰੇ ਤੁਹਾਡਾ ਕੀ ਮਤਲਬ ਵਿਚਾਰ? ਦੇਖੋ ਰੰਧਾਵਾ ਸਾਹਿਬ, ਜਿਹੜੇ ਬੰਦੇ ਚ ਦਮ ਹੈ ਉਹ ਤਾਂ ਕਹਿਣ ਦੀ ਕੋਈ ਗੱਲ ਹੀ ਨਹੀਂ ਹੈਗੀ। ਪੈਸੇ ਦੇ ਜਰੀਏ ਕੋਈ ਕਲਾਕਾਰ ਨਹੀਂ ਬਣ ਸਕਦਾ, ਕਿਉਂਕਿ ਜ਼ਮੀਨਾਂ ਵੇਚ ਕੇ ਜਾਂ ਹੋਰ ਕੁਛ ਕਰਕੇ ਕੈਸਟਾਂ ਕਢਾਉਂਦੇ ਨੇ ਤੇ, ਪਰ ਉਹ ਚਾਹੁੰਦੇ ਨੇ ਵੀ ਰਾਤੋ ਰਾਤ ਸਿੰਗਰ ਬਣ ਜਾਈਏ, ਪਰ ਜਿਹੜਾ ਬੰਦਾ ਮਿਹਨਤ ਕਰਕੇ ਬਕਾਇਦਾ ਰਿਆਜ਼ ਕਰਕੇ ਅੱਗੇ ਆਉਂਦਾ ਉਹਨੂੰ ਪ੍ਰਮਾਤਮਾ ਫਲ ਦਿੰਦਾ, ਮਿਹਨਤ ਦਾ ਫਲ ਦਿੰਦਾ ਤੇ ਮਕਬੂਲ ਹੁੰਦਾ, ਕਿਉਂਕਿ ਉਹ ਐਵਰਗ੍ਰੀਨ ਮਤਲਬ ਦੁਨੀਆਂ ਚ ਰਹਿੰਦਾ, ਭਾਵੇਂ ਜਿੱਦਾਂ ਦਾ ਮਰਜ਼ੀ ਗਾਵੇ ਜਿਵੇਂ ਮਰਜ਼ੀ ਉਹ ਲੋਕਾਂ ਦੇ ਸਾਹਮਣੇ ਪੇਸ਼ ਹੋਵੇ ਉਹ ਸਵੀਕਾਰ ਕਰਦੇ ਨੇ। ਤੇ ਸਾਡੇ ਦਰਸ਼ਕਾਂ ਨੂੰ ਪਤਾ ਕਿ ਸਰਜੀਤ ਬਿੰਦਰਖੀਆ ਨੇ ਮਿਹਨਤ ਕੀਤੀ ਆ ਤੇ ਤਾਂ ਹੀ ਉਹ ਅੱਜ ਇਸ ਮੁਕਾਮ ਤੇ ਅਸੀਂ ਵਿਦੇਸ਼ੀ ਧਰਤੀ ਤੇ ਰਹਿੰਦੇ ਆ। ਇੱਥੇ ਸਾਡੀ ਜਿਹੜੀ ਨਵੀਂ ਪਨੀਰੀ ਆ, ਜਿਹੜੀ ਨਵੀਂ ਜਨਰੇਸ਼ਨ ਆ, ਉਹ ਕੁਛ ਨਾ ਪੰਜਾਬੀ ਕਲਚਰ ਤੋਂ ਟੁੱਟਦੀ ਜਾਂਦੀ ਆ, ਤੇ ਉਹਨਾਂ ਨੂੰ ਜੋੜਨ ਦਾ ਕੋਈ ਹੈ ਇਹੋ ਜਿਹਾ ਉਪਰਾਲਾ ਆਪਾਂ ਕਰ ਸਕਦੇ ਪੰਜਾਬੀ ਗਾਇਕੀ ਰਾਹੀਂ ਕਿ ਉਹ ਸਾਡੇ ਨਾਲ ਸਦਾ ਜੁੜੇ ਰਹਿਣ? ਕਿਉਂਕਿ ਪੰਜਾਬੀ ਗਾਇਕੀ ਹੀ ਇੱਕ ਐਸਾ ਸੋਰਸ ਹੈ ਜਿਹੜੀ ਕਿ ਆਪਣੇ ਬੱਚਿਆਂ ਨੂੰ ਜਿਹੜੇ ਇੱਥੇ ਦੇ ਬੋਰਨ ਹੈ ਉਹ ਆਪਣੇ ਕਲਚਰ ਨਾਲ ਜੋੜ ਸਕਦੀ ਹੈ, ਆਪਣੇ ਵਿਰਸੇ ਨਾਲ ਜੋੜ ਸਕਦੀ ਹੈ। ਇੱਕ ਹੋਰ ਮੇਰੀ ਰਿਕੁਐਸਟ ਹੈ ਮਾਂ ਬਾਪ ਨੂੰ, ਕਿਉਂਕਿ ਉਹ ਵੀ ਬੱਚਿਆਂ ਨੂੰ ਪੰਜਾਬੀ ਨੂੰ ਵੱਧ ਤੋਂ ਵੱਧ ਤਰਜੀਹ ਦੇਣ, ਵੱਧ ਤੋਂ ਵੱਧ ਸਿਖਾਉਣ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡਾ ਕਲਚਰ ਕੀ ਹੈ। ਠੀਕ ਹੈ, ਹਾਂਜੀ, ਅਸੀਂ ਇਹ ਕਿੱਥੋਂ ਤੱਕ ਉਮੀਦ ਹੈ? ਤੇ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ ਮਤਲਬ ਇਹਦੇ ਚ? ਅਸੀਂ ਕੀ ਯੋਗਦਾਨ? ਮੇਰੇ ਕਹਿਣ ਦਾ, ਮੇਰੇ ਪੁੱਛਣ ਦਾ ਮਤਲਬ ਇਹ ਹੈ ਜੀ, ਗਾਇਕਾਂ ਦਾ ਯੋਗਦਾਨ ਤਾਂ ਹੁਣ ਤੁਸੀਂ ਇੱਥੋਂ ਦੇਖ ਲਓ ਵੀ ਜਦੋਂ ਵੀ ਸਾਡੇ ਕੋਈ ਗਾਣੇ ਆਉਂਦੇ ਨੇ ਜਿਹੜੇ ਇੱਥੋਂ ਦੇ ਬੋਰਨ ਨੇ ਉਹ ਵੀ ਡਾਂਸ ਕਰਦੇ ਨੇ, ਉਹ ਵੀ ਸਮਝਦੇ ਨੇ, ਪੁੱਛਦੇ ਨੇ ਆ ਕੇ ਵੀ ਦੁਪੱਟਾ ਕੀ ਹੁੰਦਾ। ਠੀਕ ਹੈ, ਅੱਛਾ ਅੱਛਾ, ਦੁਪੱਟਾ ਸਰਵ ਰੰਗ ਦਾ, ਸ਼ਬਦਾਵਲੀ ਚੰਗੀ ਹੋਵੇ, ਹਾਂਜੀ ਹਾਂਜੀ, ਮਿਊਜ਼ਿਕ ਚੰਗਾ ਹੋਵੇ, ਆਪਣੇ ਜਿਹੜੇ ਸਾਜ਼ ਕਲਚਰ ਜਿਹੜੇ ਲੋਕ ਸਾਜ਼ ਨੇ ਟੁੱਟੇ ਹੋਣਗੇ ਜਾਂ ਉਹਨਾਂ ਨੂੰ ਇੱਧਰ ਨਹੀਂ ਪਤਾ ਹੁੰਦਾ, ਪਰ ਕਈ ਵਾਰੀ ਤੁਹਾਡੇ ਗੀਤਾਂ ਤੇ ਗੋਰੇ ਵੀ ਭੰਗੜਾ ਪਾਉਂਦੇ ਆ। ਸਾਡੇ ਤਕਰੀਬਨ ਹਰ ਵਿਆਹ ਤੇ ਹਰ ਫੰਕਸ਼ਨ ਤੇ ਅਸੀਂ ਡੀਜੇ ਜਦੋਂ ਸੁਣਦੇ ਆ ਤੁਹਾਡੇ ਗੀਤ ਸੁਣਦੇ ਆ, ਆਮ ਤੌਰ ਤੇ ਉਹਨਾਂ ਨੂੰ ਮਤਲਬ ਸਮਝ ਆਵੇ ਨਾ ਆਵੇ ਤੁਹਾਡੀ ਉਹ ਮਤਲਬ ਤਰਜ ਸਮਝ ਆਉਂਦੇ ਆ, ਮਿਊਜ਼ਿਕ ਤੋਂ ਹੀ ਮਤਲਬ ਭੰਗੜਾ ਪਾਈ ਜਾਂਦਾ, ਮਿਊਜ਼ਿਕ ਤੋਂ ਹੀ ਆਨੰਦ ਲੈਣ ਲੱਗ ਜਾਂਦਾ, ਤੇ ਸਾਡੇ ਬੱਚਿਆਂ ਨੂੰ ਵੀ ਮਤਲਬ ਸਮਝਣਾ ਚਾਹੀਦਾ ਜੇ ਗੋਰੇ ਸਾਡੇ ਗੀਤਾਂ ਤੇ ਭੰਗੜਾ ਪਾਉਂਦੇ ਆ ਅਸੀਂ ਕਿ ਟੁੱਟਦੇ ਆ। ਪੂਰੀ ਉਮੀਦ ਆ ਕਿ ਸੁਰਜੀਤ ਬਿੰਦਰਖੀਆ ਨਾਲ ਕੀਤੀ ਗਈ ਅੱਜ ਦੀ ਇਹ ਮੁਲਾਕਾਤ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਸੀਂ ਸੁਰਜੀਤ ਬਿੰਦਰਖੀਆ ਦਾ ਟੀਵੀ ਇੰਡੀਆ ਵੱਲੋਂ ਅਤੇ ਪੰਜਾਬ ਮੇਲ ਟੀਵੀ ਪ੍ਰੋਗਰਾਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਗਾਇਕ ਇਸੇ ਤਰੀਕੇ ਨਾਲ ਸਦਾ ਪੰਜਾਬੀ ਗਾਇਕੀ ਦੀ, ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਰਹੇਗਾ, ਤੇ ਅਸੀਂ ਇਹ ਵੀ ਦੁਆ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੋਣ। ਤੇ ਸੁਰਜੀਤ ਬਿੰਦਰਖੀਆ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ, ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਮੇਰੇ ਵੱਲੋਂ ਵੀ ਟੀਵੀ ਇੰਡੀਆ ਪੰਜਾਬ ਮੇਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।